आ ग्लास हाउस है, इहदे विच तोरियां वर्गे लंबे खीरे तुहानू विखाउणे आ। आ मशीन है जी, ओ अपने आप खीरे पैक करती है भाई, क्योंकि इत्थे पैक करके पैकिंग दे विच तुहानू खीरे देने पैंदे आ। सो खीरे आ देखो साइज, तोरियां वर्गे खीरे आ, खीरे बहुत लम्मे ते तोरियां वर्गे खीरे आ जी। ए खीरे ही आ के तोरियां जी? नहीं नहीं खीरे ही आ। अच्छा जी, औसता खीरियां ते करता, तुसी भी खीरियां ते ही हो? असी भी खीरियां ते ही हैं। खा लेंदे हो? हाँ पूरे। अच्छा खीरे देखो तुसी लगे हुए, ए इस तरह बेलां उत्ते नूं चढ़ा दिंदे आ, बिलकुल भाई जी। जदों तोड़दे आ तां किस तरह विधि हैगी आ, ओह वी तुहानूं दिखाउंदे आ। देखो आ पाइप पए होए आ, इहनां दे उत्ते ट्रॉली टाइप दे आ भाई जी, बैठो तां करिओ। ਜਦੋਂ ਪਲਾਂਟ ਸਾਡੇ ਇੱਥੇ ਹੁਣ ਪੂਰੀ ਹਾਈਟ ਦੇ ਉੱਤੇ ਆ ਬੰਦੇ ਦੇ, ਹਨਾ? ਹਾਂਜੀ ਹਾਂ। ਤਾਂ ਫਿਰ ਅਸੀਂ ਨਾਲੇ ਤੁਰੀ ਜਾਣਾ, ਟਰਾਲੀ ਤੋੜੀ ਜਾਣੀ ਆ, ਇੱਥੇ ਆਉਣਾ ਆ। ਆ ਜਿਵੇਂ ਆਹ ਖੀਰਾ ਲੱਗਾ, ਹਾਂਜੀ ਹਾਂ, ਅਸੀਂ ਦੇਖੀਏ ਇਹਨੂੰ ਕੈਂਚੀ ਮਾਰ ਕੇ ਤੋੜ ਲੈਣਾ। ਇਹ ਜੇ ਬੈਠ ਕੇ ਕਰਨੀ ਆ ਤਾਂ ਫਿਰ ਇਸ ਵਾਰ ਬੈਠ ਕੇ ਕਰਨੀ ਆ, ਤੇ ਐਂ ਤੁਰੇ ਜਾਣਾ ਆ, ਤੇ ਇੱਥੋਂ ਇਹਨੂੰ ਪਿੱਕ ਕਰੀ ਜਾਣਾ ਆ। ਹਾਂ ਜੇ ਖੀਰੇ ਸਾਡੇ ਇਸ ਲੈਵਲ ਦੇ ਉੱਤੇ ਹੈਗੇ ਆ, ਹਾਂਜੀ ਹਾਂ, ਫਿਰ ਅਸੀਂ ਖੀਰੇ ਇਸ ਹਿਸਾਬ ਨਾਲ ਫਿਰ ਇੱਥੇ ਬੈਠ ਕੇ ਵੀ ਕੱਟੀ ਜਾਣੇ ਆ, ਤਾਂ ਕਰੇਟਾਂ 'ਚ ਰੱਖੀ ਜਾਣੇ ਆ। ਕੀ ਤੁਹਾਨੂੰ ਪ੍ਰਾਈਸ ਇਹਦਾ ਮਿਲ ਜਾਂਦਾ? ਜਿਵੇਂ ਆਪਣੇ ਤਾਂ 40 ਰੁਪਏ ਕਿਲੋ ਮਿਲਦੇ ਆ, ਤੇ ਇੰਚ ਦੇ ਹਿਸਾਬ ਨਾਲ ਜਾਣਾ। ਜੇ ਤਾਂ 11 ਇੰਚ ਆ ਉਹਦਾ ਰੇਟ ਉਦੋਂ ਥੱਲੇ ਆ, ਜੇ 12 ਇੰਚ ਆ ਉਹਦਾ 10-20 ਸੈਂਟ ਉਦੋਂ ਉੱਪਰ ਚਲ ਜਾਂਦਾ, 14 ਇੰਚ ਉਹਦਾ 10-20 ਸੈਂਟ ਫੇਰ ਉੱਤੇ ਚਲ ਜਾਣਾ। ਅੱਛਾ, ਸਭ ਤੋਂ ਮਹਿੰਗਾ ਖੀਰਾ ਮਤਲਬ ਕਿ ਕਿੰਨੇ ਦਾ? 16 ਇੰਚ ਸਭ ਤੋਂ ਜਿਹੜਾ ਇਸ ਵੇਲੇ 16 ਇੰਚ ਦਾ ਖੀਰਾ ਆ ਉਹ $1.5 ਨੂੰ। ਅੱਛਾ, ਇੱਕ ਖੀਰਾ ਬੱਲੇ ਬੱਲੇ, ਇੱਕ ਖੀਰ ਦਾ ਰੇਟ $1.5 ਆ, ਯਾਨੀ ਕਿ ਇੱਕ ਖੀਰਾ ਤੁਹਾਡਾ ਹੋ ਗਿਆ ਜੀ 75 ਰੁਪਏ ਦਾ। ਹਾਂ, ਕਿਲੋ ਦਾ ਹੋ ਜਾਂਦਾ ਵੈਸੇ ਵੇਟ ਦੇ ਤੌਰ ਤੇ? ਨਹੀਂ, ਵੇਟ ਦੇ ਹਿਸਾਬ ਨਾਲ ਕਿਲੋ, ਅਸੀਂ ਵੇਟ ਗਿਣਦੇ ਵੀ ਨਹੀਂ ਕਿਉਂਕਿ ਸਾਡੇ ਬਾਈ ਪੀਸ ਹੀ ਜਾਣੇ ਹੁੰਦੇ ਆ। ਵੇਟ ਸਾਡੇ ਲੋ ਘੱਟ ਹੋਵੇ ਵੱਧ ਹੋਵੇ ਫਿਰ ਆਪਣੇ ਤਾਂ ਨਹੀਂ ਪੰਜਾਬ ਦੇ ਵਿੱਚ ਫਿਰ ਲਾਹੇਵੰਦ ਹੋ ਸਕਦੀ ਬਾਈ? ਤੇ ਪੈਕ ਕਿਵੇਂ ਕਰਦੇ ਬਾਈ, ਉਹ ਵੀ ਦਿਖਾ ਦਈਏ। ਬਿਲਕੁਲ, ਸੋ ਬਾਈ ਜੀ ਆ ਦੇਖੋ, ਇੱਥੋਂ ਖੀਰੇ ਪਾਏ ਜਾਂਦੇ ਆ ਤੇ ਆ ਰੈਪ ਹੋ ਕੇ ਇੱਧਰ ਸੀਲ ਹੋ ਜਾਣੀ। ਸੋ ਅੱਗੇ ਦੇਖੋ ਆ ਨਿਕਲ ਰਿਹਾ ਜੀ, ਇੱਥੋਂ ਆ ਕੇ ਫਿਰ, ਕਿਉਂਕਿ ਹੀਟ ਆ ਥੋੜ੍ਹੀ ਹੀਟ ਨੇ, ਫਿਰ ਉਹਨੂੰ ਖੀਰੇ ਨੂੰ ਪ੍ਰੋਪਰ ਰੈਪ ਕਰ ਦੇਣਾ। ਇਹ ਉੱਥੇ ਇੱਥੇ ਉਹ ਬੰਦਾ ਖੜ ਸਕਦਾ ਆ ਜਿਹਨੂੰ ਖੀਰੇ ਦੀ ਸਾਈਜ਼ ਦੀ ਨੌਲੇਜ ਹੋ ਰਹੀ ਆ, ਵੀ ਹਾਂ ਇਹ 14 ਇੰਚ ਦਾ ਖੀਰਾ ਤਾਂ 14 ਵਾਲੇ ਕਰੇਟ 'ਚ ਪੈਣਾ, ਜੇ 12 ਇੰਚ ਦਾ 12 ਵਾਲੇ 'ਚ ਪੈਣਾ, ਜੇ 16 ਵਾਲਾ ਤਾਂ ਉਹ 16 'ਚ ਜਾਊਗਾ। ਅੱਛਾ, ਇਹ ਵੀ ਸਾਈਜ਼ ਵੀ ਅਲੱਗ ਅਲੱਗ ਕਿਵੇਂ ਟਾਈਮ ਪਾਏ ਸਾਈਜ਼ ਹੀ ਜਾਣੇ ਆ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਇਸ ਵਕਤ ਮੈਂ ਨਿਊਜ਼ੀਲੈਂਡ ਦੇ ਵਿੱਚ ਹਾਂ ਅਤੇ ਨਿਊਜ਼ੀਲੈਂਡ ਦੇ ਵਿੱਚ ਤੁਹਾਨੂੰ ਖੀਰੇ ਲੱਗਦੇ ਵਿਖਾਉਣੇ ਆ। ਸੋ ਖੀਰਿਆਂ ਦੀ ਖੇਤੀ ਬਾਈ ਜੀ ਹੋਰੀ ਕਰਦੇ ਆ। ਪਹਿਲਾਂ ਤਾਂ ਦੇਖੋ ਜੀ, ਆ ਗਲਾਸ ਹਾਊਸ ਹੈ, ਇਹਦੇ ਵਿੱਚ ਤੋਰੀਆਂ ਵਰਗੇ ਲੰਬੇ ਖੀਰੇ ਤੁਹਾਨੂੰ ਵਿਖਾਉਣੇ ਆ। ਖੀਰੇ ਤੋੜਦੇ ਕਿਵੇਂ ਸੰਭਾਲ ਕਰਦੇ ਉਹੀ ਨਹੀਂ, ਖੀਰਿਆਂ ਨੂੰ ਪੈਕ ਕਰਨ ਵਾਲੀ ਮਸ਼ੀਨ ਹੈ ਕਹਿੰਦੇ ਇੱਕ, ਅਤੇ ਉਹ ਆਪਣੇ ਆਪ ਖੀਰੇ ਪੈਕ ਕਰਦੀ ਆ ਬਾਈ ਜੀ, ਅਤੇ ਉਹ ਵੀ ਤੁਹਾਨੂੰ ਮਸ਼ੀਨ ਦਿਖਾਉਣੀ ਆ। ਅਤੇ ਆਹ ਦੇਖੋ ਇੱਧਰ ਆਪਾਂ ਆਏ ਹੋਏ ਹਾਂ ਜੀ ਲਿੱਦੜ ਫਾਰਮ, ਜਗਵਿੰਦਰ ਸਿੰਘ। ਸੋ ਲਿੱਦੜ ਫਾਰਮ ਵਾਲੇ ਵੀਰ ਨੇ ਇੱਥੇ ਬਾਈ ਸਿਮਰਜੀਤ ਸਿੰਘ ਲਿੱਦੜ, ਸੋ ਖੇਤੀ ਕਰਦੇ ਆ, ਟਮਾਟਰਾਂ ਦੀ ਖੇਤੀ ਵੀ ਕਰਦੇ ਸੀ, ਅਲੱਗ ਅਲੱਗ ਤਰ੍ਹਾਂ ਦੀਆਂ ਸਬਜ਼ੀਆਂ ਸੀਜ਼ਨ ਦੇ ਮੁਤਾਬਕ ਵੀਰ ਹੋਰੀ ਉਗਾਉਂਦੇ ਆ। ਉਹ ਮਸ਼ੀਨ ਵੀ ਤੁਹਾਨੂੰ ਦਿਖਾਉਣੀ ਆ, ਕਿਵੇਂ ਖੀਰਿਆਂ ਦੀ ਖੇਤੀ ਹੁੰਦੀ ਹੈ ਉਹ ਵੀ ਵਿਖਾਉਣੀ ਆ। ਅਤੇ ਇੱਕ ਵਾਰ ਆ ਜਾਓ ਫਿਰ ਚੱਲਦੇ ਹਾਂ ਜੀ ਅੰਦਰ, ਅਤੇ ਇੱਧਰ ਮਸ਼ੀਨ ਚੱਲ ਰਹੀ ਆ। ਆਹ ਮਸ਼ੀਨ ਹੈ ਜੀ, ਉਹ ਆਪਣੇ ਆਪ ਖੀਰੇ ਪੈਕ ਕਰਦੀ ਆ ਬਾਈ, ਕਿਉਂਕਿ ਇੱਥੇ ਪੈਕ ਕਰਕੇ ਪੈਕਿੰਗ ਦੇ ਵਿੱਚ ਤੁਹਾਨੂੰ ਖੀਰੇ ਦੇਣੇ ਪੈਂਦੇ ਆ। ਸੋ ਖੀਰੇ ਆ ਦੇਖੋ ਸਾਈਜ਼, ਤੋਰੀਆਂ ਵਰਗੇ ਖੀਰੇ ਆ,
आ पैक होया वा ये पैक किवें किए जाते भी तुम दिखावे। सो आ जाओ किन्नी क लाहेबंद खेती है खीरिया की किन्ना के मुनाफा वो सारी गलबात अपना करांगे। सो भाई सिमरजीत पहला भी तुहानू अगे दिखाया सी जदों भाई होरी टमाटर की खेती करते सीगे टमाटर की तां सत श्री अकाल भाई चढ़दी कला जी सत श्री अकाल जी चढ़दी कला जी ठीक ठाक जी। तो मैं क्या खीरिया की खेती दिखा दी पहला तो खीरे ही बहुत लंबे तो तोरिया वर्ग के खीरे आ जी ये खीरे ही है कि तोरिया जी नहीं नहीं खीरे ही आ। अच्छा जी ये किन्ने समय तो करते हो तुम खीरिया की कदों तो कर लगे हो तकरीबन लास्ट ईयर असी शुरू किया सी। अच्छा लास्ट ईयर ट्राई की थी। हाँ तो साडा एक्सपीरियंस वधिया रहा ये। अच्छा मुनाफा है जानि के। हाँ जी ठीक है। तो इनू फिर इस साल असी इस हाउस में पक्का ही खीरिया ते कर दिता। अच्छा इस ग्रीन हाउस में। हाँ जी सलाद बहुत पर रोज बेच रहे मन भर जांदा ना। ठीक है ठीक है। तो एक बार देख लियो बाई जी आ खीरे देखो तुसी लगे हुए ए इस तरह बेलां उत्ते नूं चढ़ा दिंदे आ ते अजे ए छोटे आ भाई अज अज में सिर्फ हल्ले 11 इंच दा खीरा आ। ठीक है असीं जिहड़ा प्रेफर करदे आ 14 तों 16 इंच प्रेफर करदे आ। अच्छा 14-16 वजन किन्ना क हो जांदा उहदा वजन क्रेट दा घटो घट नहीं तां उहदे विच ए बाय पीस ही जाणा हुंदा इह इक पीस दा वजन किन्ना क रहिंदा वेट दे हिसाब नाल नहीं जांदा इह। अच्छा जे ये एक क्रेट दे विच बाय साइज ही पैणा भी किन्ने आ एक क्रेट दे विच जे इंच दे हिसाब नाल जाणे आ जो इंच वह बा 14 इंच आ। अच्छा वो 30 काउंट जाने हैं जो 16 इंच उदू घट जाने 20 काउंट रहने हैं तो क्रेट का वेट घट्टो घट नहीं तो जो 30 काउंट है 15-20 किलो के क्रेट हो जाए। अच्छा जी तो यह जिम्मे हूँ है तुम एक दिन के खीरे जोड़े है लगभग वजन के करा या फिर क्वानिटी के करिए कि तोड़ लेंगे एक दिन के एक दिन के इतों घट्टो घट नहीं तो 4 पायलट निकल गए। 4 पायलट। हाँ जी कि वजन हो जाता जी जेडे वजन ओदा बन गया 1.5 टन। बल्ले 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 1.5 टन एक दिन दे विच इन्ने के एरिया चो ही ए सारे एरिया चो एक पायलट नहीं 4 पायलटां दा टोटल 4 पायलटां 1.5 टन 1.5 टन हो जाणा बल्ले बल्ले। अच्छा जी हां जी मतलब के 15 क्विंटल खीरे हो गए। हां जी ते 15 क्विंटल खीरे निकलदे आ जी एक दिन दे विच ते ए जिवें हुण आ छोटा है भाई जिवें आही आ मान लो तां इन्ने वड्डा हो जाणा कल तक इन्ने 2 दिन लेणे आ। 2 दिन ਦੇ ਵਿੱਚ ਵੱਡਾ ਹੋ। 2 ਦਿਨ ਇਹਨੂੰ ਪਾਣੀ ਪੂਣੀ ਲਾਉਂਦੇ ਕੀ ਕਰਦੇ ਆ? ਇਹ ਇਰੀਗੇਸ਼ਨ ਸਿਸਟਮ ਆ ਤੇ ਇਹਨੂੰ ਆਪਣੇ ਆਪ ਐਵਰੀ ਡੇ ਡ੍ਰੈਪਿੰਗ ਰਾਹੀਂ ਪਾਣੀ ਜਾਂਦਾ ਜਿਸ ਹਿਸਾਬ ਨਾਲ ਅਸੀਂ ਸੈੱਟ ਕੀਤਾ ਹੋਇਆ ਵੀ ਜਿੰਨਾ ਇਹਨੂੰ ਪਾਣੀ ਚਾਹੀਦਾ ਆ। ਹਾਂਜੀ ਹਾਂ ਤੇ ਉਸ ਸੋ ਗਮਲਿਆਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਦੇਖੋ ਤੁਸੀਂ ਖੇਤੀ ਜਿਹੜੀ ਹੈਗੀ ਖੀਰਿਆਂ ਦੀ ਕੀਤੀ ਜਾ ਰਹੀ ਆ ਉਹ ਗਮਲੇ ਟਾਈਪ ਦੇ ਹੀ ਬਣਾਏ ਹੋਏ ਤੁਸੀਂ ਹਨਾ ਜੀ। ਇਹ ਬੈਗ ਆ ਇਹ ਐਵਰੀ ਈਅਰ ਇਹ ਚੇਂਜ ਕਰ ਦਈਦੇ ਆ। ਪਲਾਂਟ ਆ ਉਹ ਜਿਹੜਾ ਉੱਪਰ ਤੁਸੀਂ ਦੇਖਦੇ ਆ ਆਹ ਜਿਹੜਾ ਰੌਕ ਬੁੱਲ ਪਿਆ ਆ। ਹਾਂਜੀ ਹਾਂ ਇਹ ਵਾਲਾ ਇਹ ਨਰਸਰੀ ਤੋਂ ਨਵਾਂ ਆ ਜਾਣਾ ਜਦੋਂ ਪਲਾਂਟ ਅਸੀਂ ਆਰਡਰ ਕਰਨੇ ਆ। ਅੱਛਾ ਤੇ ਹਾਂਜੀ ਇਹ 22 ਦਿਨਾਂ ਦਾ ਪਲਾਂਟ ਉਹਨੇ ਤਿਆਰ ਕਰਕੇ ਸਾਨੂੰ ਦੇ ਦੇਣਾ ਸਾਨੂੰ 22 ਦਿਨਾਂ ਦਾ ਪਲਾਂਟ ਚਾਹੀਦਾ। ਠੀਕ ਹੈ ਠੀਕ ਹੈ। ਹਾਂਜੀ ਤਾਂ ਬਿਲਕੁਲ ਜੀ ਸੋ ਸਾਫ਼ ਤੌਰ 'ਤੇ ਤੁਸੀਂ ਵੇਖ ਸਕਦੇ ਹੋ ਅਤੇ ਆ ਬਾਈ ਇਹ ਜਿਹੜਾ ਜਦੋਂ ਆਪਾਂ ਖੀਰੇ ਨੂੰ ਵੀ ਹੱਥ ਲਾਉਂਦੇ ਆ ਯਾਰ ਕੰਡੇ ਚੁੱਭਦੇ ਆ ਕੰਡੇ ਇਹ ਵਰਾਇਟੀ ਦੇ ਹਿਸਾਬ ਨਾਲ ਤੇ ਫਿਰ ਤੋੜਦੇ ਕਿਵੇਂ ਆ ਬਾਈ ਜੀ ਇਹਦੇ ਲਈ ਸਪੈਸ਼ਲ ਗਲਵਸ ਆਉਂਦੇ ਗਲਵ ਨਹੀਂ ਸਪੈਸ਼ਲ ਨਹੀਂ ਵੈਸੇ ਪਲਾਸਟਿਕ ਦੇ ਗਲਵ ਪਾ ਕੇ ਤੋੜਦੇ ਜਿਵੇਂ ਆ ਪਏ ਗਲਵ ਪਾ ਕੇ ਆ ਹਾਂ ਇਹ ਇਹਨਾਂ ਨਾਲ ਟੁੱਟ ਜਾਂਦੇ ਆ ਇਹਨਾਂ ਨਾਲ ਟੁੱਟ ਜਾਂਦੇ ਆ। ਅੱਛਾ ਤਿੱਖੇ ਬਹੁਤ ਆ ਵੀ ਗਲਵ ਜਦੋਂ ਅਸੀਂ ਇੱਕ ਹਾਊਸ ਤੋਂ ਦੂਜੇ ਹਾਊਸ ਜਾਂਦੇ ਆ ਫਿਰ ਅਸੀਂ ਇਹ ਗਲਵ ਸੜ ਦਿੰਦੇ ਆ। ਅੱਛਾ ਹਾਂ ਜੇ ਅਸੀਂ ਦੁਬਾਰਾ ਆਉਣਾ ਤਾਂ ਜਿੱਦਾਂ ਹੁਣ ਇੱਥੇ ਦੁਬਾਰਾ ਕੰਮ ਕਰਨਾ ਆ ਕੇ ਹਾਂ ਫਿਰ ਇਹ ਦੂਜੇ ਤਾਂ ਗਲਵ ਸਹੀ ਆ ਤਾਂ ਫਿਰ ਇਹੀ ਗਲਵ ਯੂਜ਼ ਕਰ ਲੈਣੇ ਜੇ ਅਸੀਂ ਨੈਕਸਟ ਅਗਲੇ ਹਾਊਸ 'ਚ ਜਾਣਾ ਫਿਰ ਅਸੀਂ ਗਲਵ ਚੇਂਜ ਕਰ ਦੇ ਕਿਉਂਕਿ ਇੱਧਰੋਂ ਬਿਮਾਰੀ ਉੱਧਰ ਨਾ ਜਾਵੇ ਜਿੱਥੇ ਕਿਸੇ ਪਲਾਂਟ ਨੂੰ ਬਿਮਾਰੀ ਹੈਗੀ ਆ। ਖੀਰਿਆਂ ਦੀ ਖੇਤੀ ਆਪਣੇ ਪੰਜਾਬ ਦੇ ਵਿੱਚ ਲਾਹੇਵੰਦ ਹੈਗੀ ਆ ਬਾਈ ਜੀ ਇਸ ਤਰ੍ਹਾਂ ਦੀ ਕੀਤੀ ਜਾ ਸਕਦੀ ਆ ਐਂ ਟੈਂਟ ਲਗਾ ਕੇ ਜਾ ਸਕਦੀ ਕੀਤੀ ਬਹੁਤ ਵਧੀਆ ਚੀਜ਼ ਆ ਇਹ। ਹਾਂ ਕਿਉਂਕਿ ਉਹਨਾਂ ਏਰੀਆ ਤੁਸੀਂ ਬਾਹਰ ਜੇ ਅਸੀਂ ਫੀਲਡ ਦੇ ਵਿੱਚ ਕੱਢਣ ਜਾਈਏ ਇੰਨਾ ਅਸੀਂ ਪ੍ਰੋਡਕਸ਼ਨ ਨਹੀਂ ਲੈ ਸਕਦੇ। ਅੱਛਾ ਜਿੰਨੀ ਅਸੀਂ ਇੱਦਾਂ ਪ੍ਰੋਡਕਸ਼ਨ ਲੈ ਸਕਦੇ ਹਾਂ ਹੁਣ ਇਹ ਕਰੋਪ ਨੂੰ ਇਸ ਵੇਲੇ ਜ਼ਿਆਦਾਤਰ ਤਾਂ 3-4 ਮਹੀਨੇ ਕਰੋਪ ਗਰੋਵਰ ਲੈਂਦੇ ਆ ਇਹ ਆਪਣੀ 5ਵੇਂ ਮਹੀਨੇ ਦੇ ਵਿੱਚ ਕਰੋਪ ਆ। ਅੱਛਾ ਜੀ ਹਾਂਜੀ ਇਹਨੂੰ 5 ਮਹੀਨੇ ਸਾਡਾ ਟਾਰਗੇਟ ਜਿਹੜਾ ਸੀਗਾ ਉਹ 5 ਮਹੀਨੇ ਦਾ ਸੀ ਕਿਉਂਕਿ ਅਸੀਂ ਉਸ ਤੋਂ ਬਾਅਦ ਦੁਬਾਰਾ ਫਿਰ ਰੀਪਲਾਂਟਿੰਗ ਕਰਨੀ 5 ਮਹੀਨੇ ਸੋ ਫਾਰ ਕੰਪਲੀਟ ਕਰਤੇ ਲਈ ਅਸੀਂ 5.5 ਮਹੀਨਿਆਂ ਦੇ ਵਿੱਚ ਇਹਨੂੰ ਕੱਢਾਂਗੇ ਕਰੋਪ। ਬਿਲਕੁਲ ਬਾਈ ਜੀ ਜਦੋਂ ਇਹ ਤੋੜਦੇ ਆ ਤਾਂ ਉਹ ਕਿਸ ਤਰ੍ਹਾਂ ਵਿਧੀ ਹੈਗੀ ਆ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਦੇਖੋ ਆਹ ਪਾਈਪ ਪਏ ਹੋਏ ਆ
ਇਹਨਾਂ ਦੇ ਉੱਤੇ ਟਰਾਲੀ ਟਾਈਪ ਦੇ ਆ ਭਾਈ ਜੀ ਬੈਠਿਓ ਤਾਂ ਕਰਿਓ ਇਹ ਜਦੋਂ ਪਲਾਂਟ ਸਾਡੇ ਇੱਥੇ ਹੁਣ ਪੂਰੀ ਹਾਈਟ ਦੇ ਉੱਤੇ ਆ ਬੰਦੇ ਦੇ ਹਨਾ ਹਾਂਜੀ ਹਾਂ ਤਾਂ ਫਿਰ ਅਸੀਂ ਨਾਲੇ ਤੁਰੀ ਜਾਣਾ ਟਰਾਲੀ ਤੋੜੀ ਜਾਣੀ ਆ ਇੱਥੇ ਆਉਣਾ ਆ ਅੱਜ ਮਿਆਂ ਖੀਰਾ ਲੱਗਾ ਹਾਂਜੀ ਹਾਂ ਅਸੀਂ ਦੇਖੇ ਇਹਨੂੰ ਕੈਂਚੀ ਮਾਰ ਕੇ ਤੋੜ ਲੈਣਾ ਬਸ ਠੀਕ ਹੈ ਹਾਂ ਪਰ ਸਾਨੂੰ ਅਸੀਂ खीरे साडे इस लेवल दे उत्ते हैगे आ फिर असीं खीरे इस हिसाब नाल फिर इत्थे बैठ के भी कट्टी जाणे आ ते क्रेटां च रखी जाणे आ हरेक बहुत वैरायटियां अच्छा सियाल दे विच हल्ले मैनूं लगदा जिथे तक के दो चार ग्रोवरां ने ही ट्राई कीती होनी है अच्छा जी ते हां जी ते ए नवी वैरायटी है मैं नवी ए की तुहानूं प्राइस इहदा मिल जांदा जिवें अपने तां 40 रुपए किलो मिलदे आ हां आंटी जी आयो तुसीं भी आंटी जी आजो तुसीं भी हां जी ए फिर रेट ए ए बाय पीस ही जाणा आ ए डिपेंड करदा है किन्ने दा पीस हुंदा इक जे तां समर आ फिर तां जे ग्रोवर दा देख्या जावे इस वे समर के जे इंच के हिसाब ना जाना जे तो 11 इंच आदा रेट उदो थले जे 12 इंच आ 10-20 सेंट उदो उपर चल जाता 14 इंच ओदा 10-20 सेंट फिर उत्ते चल जाना 16 इंच आदा उदो क्योंकि वह खीरे की लंबाई बहुत हो जाती है अच्छा सब तो महंगा खीरा मतलब कि किन्ने दा 16 इंच सब तो जो इस वे 16 इंच का खीरा आ $1.5 नूं अच्छा एक खीरा बल्ले बल्ले एक खीर का रेट $1.5 है यानी कि एक खीरा तुहाडा हो गया जी 75 ਰੁਪਏ ਦਾ ਹਾਂ ਇੰਡੀਆ ਦੇ ਹਿਸਾਬ ਨਾਲ ਇੰਡੀਆ ਦੇ ਹਿਸਾਬ ਠੀਕ ਕਿਲੋ ਦਾ ਹੋਇਆ ਨਾ ਵੈਸੇ weight ਦੇ ਤੌਰ ਨਹੀਂ weight ਦੇ ਹਿਸਾਬ ਨਾਲ ਕਿਲੋ ਅਸੀਂ weight ਗਿਣਦੇ ਵੀ ਨਹੀਂ ਕਿਉਂਕਿ ਸਾਡੇ ਬਾਈ ਪੀਸ ਹੀ ਜਾਣੇ ਹੁੰਦੇ ਆ weight ਸਾਡੇ ਲੋ ਘੱਟ ਹੋਵੇ ਵੱਧ ਹੋਵੇ ਫਿਰ ਆਪਣੇ ਤਾਂ ਨਹੀਂ ਪੰਜਾਬ ਦੇ ਵਿੱਚ ਫਿਰ ਲਾਹੇਵੰਦ ਹੋ ਸਕਦੀ ਬਾਈ ਨਹੀਂ ਜੇ ਤੁਸੀਂ ਦੇਖੋ ਜੇ ਹੁਣ ਤੁਸੀਂ ਆਪਾਂ ਜਾ ਕੇ ਦੇਖੀਏ ਨਹੀਂ ਜੇ ਆਪਾਂ ਜਾ ਕੇ ਦੇਖੀਏ ਹਾਂਜੀ ਤਾਂ ਜੇ ਉਸ ਖੀਰੇ ਦੀ ਅਸੀਂ ਲੰਬਾਈ ਲੈ ਕੇ ਜਾਂਦੇ ਆ ਤਾਂ ਆਬਵੀਅਸਲੀ ਗੱਲ ਉਹਦਾ weight ਵੀ ਵਧਣਾ ਹੀ ਹੈ ਕਿਉਂਕਿ ਜਿੰਨਾ ਟਾਈਮ ਲੰਬਾਈ ਜਾਣੀ ਉਨਾ ਟਾਈਮ ਉਹਦੇ ਵਿੱਚ ਫੀਡ ਜਾਣੀ ਉਹਨੇ ਮੋਟਾ ਤਾਂ ਹੋਣਾ ਹੀ ਆ ਫਲਫੀ ਵੀ ਉਨਾ ਹੀ ਹੋਣਾ ਉਹਨੇ ਹਾਂਜੀ ਹਾਂ ਤੇ ਉਹ ਆਟੋਮੈਟਿਕਲੀ ਉਹਦਾ weight ਵੱਧ ਜਾਂਦਾ ਖਾਸ ਕੋਈ ਦਵਾਈ ਵੀ ਇਹਦੇ ਲਈ ਕੋਈ ਟੀਕਾ ਯੂਜ਼ ਕਰਦੇ ਜਾਂ ਆਰਗੈਨਿਕ ਹੁੰਦੇ ਆ ਭਾਈ ਨਹੀਂ ਆਰਗੈਨਿਕ ਤਾਂ ਨਹੀਂ ਹੈ ਇਹਨੂੰ ਫਰਟੀਲਾਈਜ਼ਰ ਜਾਂਦੇ ਆ ਟਾਈਮ ਟੂ ਟਾਈਮ ਤੇ ਆਰਗੈਨਿਕ ਨਹੀਂ ਇਹ ਸਾਰੇ ਫਰਟੀਲਾਈਜ਼ਰ ਪੈਂਦੇ ਇਹਦੇ ਵਿੱਚ ਜਿੰਨੇ ਇਹ ਬੈਗ ਦੇ ਵਿੱਚ ਹੀ ਦੇਖੋ ਆ ਜਿਹੜੀ ਆ ਜੀ ਭਾਈ ਆ ਵਿਧੀ ਸਮਝਾਇਓ ਕਿਵੇਂ ਪਾਣੀ ਲੱਗਦਾ ਕਿਵੇਂ ਆ ਪਾਈਪਾਂ ਕੰਮ ਕਰਦੀਆਂ ਇਹ ਸਾਰਾ ਇਹ ਐਕਟਿੰਗ ਇਹ ਜਿਹੜੇ ਆ ਇਹ ਜਿੰਨੀ ਫੀਡ ਆਉਂਦੀ ਆ ਪਾਣੀ 'ਚ ਮਿਕਸ ਹੋ ਕੇ ਇਹਦੇ ਵਿੱਚ ਹੀ ਆਉਂਦੀ ਆ ਇਹ ਇਹ ਹਰੇਕ ਸਪਾਈਕ ਦੇ ਹਿਸਾਬ ਨਾਲ ਅਸੀਂ ਡ੍ਰਿਪਿੰਗ ਕਰਦੇ ਹਾਂ ਵੀ ਇਹਦੇ ਵਿੱਚ ਸਪਾਈਕ ਦੇ ਵਿੱਚ ਇਹਨੂੰ ਸਪਾਈਕ ਕਹਿੰਦੇ ਅਸੀਂ ਅੱਛਾ ਜੀ ਵੀ ਇਹਦੇ ਵਿੱਚ ਇੱਕ ਵਾਰੀ ਜੇ ਸ਼ਾਰਟ ਚੱਲਦਾ ਤਾਂ ਇਹਦੇ ਵਿੱਚ 80 ml ਜਾਂ 100 ml ਇਹਦੇ ਵਿੱਚੋਂ ਨਿਕਲੇ ਉਹ ਅਸੀਂ ਪਲਾਂਟ ਦੇ ਹਿਸਾਬ ਨਾਲ ਤੈਅ ਕਰਨਾ ਵੀ ਸਾਡੇ ਪਲਾਂਟ ਨੂੰ ਕਿੰਨੀ ਚੀਜ਼ ਚਾਹੀਦੀ ਆ ਹੁਣ ਅੱਛਾ ਅੱਜ ਗਰਮੀ ਅੱਜ ਇਹਨੂੰ ਕਿੰਨਾ ਚਾਹੀਦਾ ਆ ਪਾਣੀ ਵੀ ਦੋ ਡ੍ਰਿਪਾਂ ਦੇ ਵਿੱਚ ਦੋਹਾਂ ਦੇ ਵਿੱਚ ਵੀ ਅਸੀਂ ਇੱਕ ਸ਼ਾਰਟ ਦੇ ਵਿੱਚ ਇਹਨੂੰ ਕਿੰਨੇ ਮਿਲ ਪਾਣੀ ਦੇਣਾ ਅੱਛਾ 6 ਲੀਟਰ ਜਿੰਨੇ ਲੀਟਰ ਇਹਨੂੰ ਪਾਣੀ ਦਿੱਤਾ ਆ ਫਿਰ ਅਸੀਂ ਐਂਡ ਆਫ ਦਾ ਡੇ ਸ਼ਾਮ ਨੂੰ ਫਿਰ ਉਹ ਮੇਜਰਮੈਂਟ ਕਰਨਾ ਜਿਹੜਾ ਬੈਗ 'ਚੋਂ ਪਾਣੀ ਡਰੇਨ ਹੋਣਾ ਅੱਛਾ ਡਰੇਨ ਜਿਹੜਾ ਹੋਣਾ ਉਹ ਥੱਲੇ ਜਾਈ ਜਾਣਾ ਇਹਦੇ ਉਹ ਇਹਦੇ ਵਿੱਚ ਥੱਲੇ ਜਾਈ ਜਾਂਦਾ ਵਾਹ ਜੀ ਵਾਹ ਅਤੇ ਤਾਂ ਹੀ ਸਾਫ਼ ਸੁਥਰਾ ਬੜਾ ਰਹਿੰਦਾ ਇਹ ਹਾਂਜੀ ਸਾਰਾ ਅਤੇ ਆਂਟੀ ਤੁਹਾਡਾ ਕੀ ਕੰਮ ਹੁੰਦਾ ਜੀ ਇਹਦੇ ਵਿੱਚ ਜੀ ਮੇਰਾ ਤਾਂ ਇਹਦੇ ਵਿੱਚ ਇੰਨਾ ਨਹੀਂ ਰੋਲ ਹੁੰਦਾ ਮੈਂ ਤਾਂ ਥੋੜ੍ਹਾ ਜਿਹਾ ਹੀ ਜਦੋਂ ਕਿਤੇ ਆਪਣੇ ਮਨ ਕਰੇ ਵੀ ਚਲੋ ਮੈਂ ਥੋੜ੍ਹਾ ਜਿਹਾ ਹੈਲਪ ਕਰਾ ਦੇਵਾਂ ਅਤੇ ਮੈਂ ਤੋੜ ਦਿੰਦੀ ਹਾਂ ਥੋੜ੍ਹੇ ਵਿੱਚ ਅਤੇ ਜਾਂ ਫਿਰ ਜਦੋਂ ਉੱਧਰ ਰੈਪ ਕਰਨੇ ਆ ਉਹ ਰੈਪ ਲਈ ਮੈਨੂੰ ਹੁੰਦਾ ਵੀ ਮੇਰੀ ਨਾਲੇ ਐਕਸਰਸਾਈਜ਼ ਹੋ ਜੂ ਥੋੜ੍ਹੀ ਜਿਹੀ ਅਤੇ ਮੈਂ ਆਪਣੀ ਸਿਹਤ ਦੇ ਕਰਕੇ ਮੈਂ ਥੋੜ੍ਹਾ ਜਿਹਾ ਉਹਨਾਂ ਨਾਲ 2 ਘੰਟੇ ਉੱਥੇ ਕਰਾ ਦਿੰਦੀ ਹਾਂ ਅੱਛਾ ਜੀ ਹਾਂ ਮਤਲਬ ਬੰਦੇ ਰੱਖੇ ਹੋਏ ਵੈਸੇ ਜਿਹੜੇ ਤੋੜਨ ਵਾਲੇ ਜੀ ਅਲੱਗ ਤੋਂ ਉਹ ਟੀਮ ਹੈਗੀ ਆ ਜੀ ਕੰਮ ਕਰਦੇ ਹਾਂਜੀ ਟੀਮ ਹੈਗੀ ਆ ਤੋੜਨ ਵਾਲੇ ਹੈਗੇ ਪਰ ਮੈਂ ਤਾਂ ਵੈਸੇ ਸ਼ੌਂਕ ਨੂੰ ਕਿਤੇ ਕਿਤੇ ਲੱਗਦੀ ਹਾਂ ਡੇਲੀ ਨਹੀਂ ਕਦੀ ਕਦੀ ਜਦੋਂ ਮੇਰਾ ਮਨ ਕਰੇ ਤੇ ਮੈਂ ਲੱਗ ਜਾਂਦੀ ਹਾਂ ਤੋੜਨ ਅੱਛਾ ਸੋਹਣੇ ਲੱਗਦੇ ਤੋੜਨੇ ਠੀਕ ਹੈ ਟਮਾਟਰਾਂ ਦੀ ਖੇਤੀ ਨਹੀਂ ਕਰਦੇ ਟਮਾਟਰਾਂ ਦੀ ਵੀ ਹੋਣੀ ਟਮਾਟਰਾਂ ਦੀ ਵੀ ਸੀ ਪਹਿਲਾਂ ਸੀਗੀ ਹਾਂ ਟਮਾਟਰ ਵੀ ਟਮਾਟਰ ਆ ਰਹੇ ਆ ਟਮਾਟਰ ਅਗਲੇ ਮਹੀਨੇ ਪਲਾਂਟਿੰਗ ਹੋ ਜਾਣੀ ਹੈ ਅੱਛਾ ਜੀ ਜਿਹੜੇ ਪਿੱਛੇ ਹਾਊਸ ਆ ਉਹਨਾਂ ਚ ਅਗਲੇ ਮਹੀਨੇ ਪਲਾਂਟਿੰਗ ਹੋ ਜਾਣੀ ਹੈ ਅੱਛਾ ਉਹਦੇ ਵਿੱਚ ਟਮਾਟਰਾਂ ਦੀ ਹੋਣੀ ਉਹਦੇ ਵਿੱਚ ਹੁਣ ਟਮਾਟਰਾਂ ਦੀ ਉੱਥੇ ਹੁਣ ਐਸੇ ਫਿਰ ਭਾਈ ਇਹ ਸਾਰਾ ਕੁਝ ਜਦ ਪੱਟਦੇ ਆ ਤੁਸੀਂ ਤਾਂ ਕਾਫੀ ਮੁਸ਼ਕਲ ਹੁੰਦੀ ਹੋਣੀ ਫਿਰ ਤਾਂ ਕਿ ਬੜਾ ਸੌਖਾ ਹੀ ਆ ਮੁਸ਼ਕਲ ਵਾਲਾ ਨਹੀਂ ਚਲਾ ਕੰਮ ਨਹੀਂ ਹੈਗਾ ਨਹੀਂ ਹੁਣ ਕਰਕੇ ਉਦਾਂ ਵੀ ਯੂਜ਼ ਟੂ ਹੋ ਗਏ ਆ ਵਾਲਾ ਨਹੀਂ ਜਦੋਂ ਕਿਉਂਕਿ ਇਹ ਪਲਾਂਟ ਥੱਲੇ ਡ੍ਰੌਪ ਹੋਈ ਜਾਂਦੇ ਆ ਨਾ ਜਿੱਦਾਂ ਇਦਾਂ ਹੁਣ ਕਕੰਬਰ ਜੇ ਹੁਣ ਆ ਤੁਸੀਂ ਆ ਤੁਸੀਂ ਦੇਖੋ ਆ ਪਲਾਂਟ ਇੱਥੇ ਖਤਮ ਹੋ ਗਿਆ ਹਾਂਜੀ ਹਾਂ ਸਾਡੇ ਟੀਮ ਤੋਂ ਟੀਮ ਦੇ ਕਿਸੇ ਮੈਂਬਰ ਤੋਂ ਹੈਡ ਟੁੱਟ ਗਿਆ ਇਹਦਾ ਹਾਂਜੀ ਹਾਂ
ਇਹ ਹੁਣ ਇੱਥੇ ਹੁਣ ਖਤਮ ਹੋ ਗਿਆ। ਜਦੋਂ ਅਸੀਂ ਇਹਦੀ ਹੁਣ ਪਿਕਿੰਗ ਕਰਨੀ ਹੈ ਪਲਾਂਟ, ਉੱਥੋਂ ਰੋਲ ਹੋਰ ਡਰੋਪ ਕਰ ਦੇਣਾ, ਇਹ ਪਲਾਂਟ ਇੱਥੇ ਆ ਜਾਣਾ। ਅੱਛਾ। ਅਤੇ ਜਦੋਂ ਸਾਰੇ ਖੀਰੇ ਟੁੱਟ ਗਏ ਸਾਡੇ, ਫਿਰ ਅਸੀਂ ਇਹਨਾਂ ਨੂੰ ਰੱਸੀਆਂ ਇੱਥੋਂ ਕੱਢ ਦੇਣੀਆਂ। ਇਹ ਤਾਂ ਅੱਗਾ ਉੱਪਰ ਕਿਵੇਂ ਪਾਉਂਦੇ ਹੋ ਤੁਸੀਂ? ਜੈਕ ਵਾਲੀ ਮਸ਼ੀਨ ਨਾਲੋਂ? ਹਾਂ, ਜੈਕ ਵਾਲੀ ਮਸ਼ੀਨ ਦੇ ਨਾਲ ਕਰਦੇ। ਠੀਕ ਹੈ। ਅਤੇ ਇਹ ਕਿਹੜਾ ਧਾਗਾ ਹੁੰਦਾ ਬਾਈ ਜੀ, ਕੋਈ ਸਪੈਸ਼ਲ ਆਉਂਦਾ? ਨਹੀਂ, ਸਪੈਸ਼ਲ ਤਾਂ ਨਹੀਂ, ਨੋਰਮਲ ਜਿਹੜੇ ਆਪਾਂ ਰੱਸੀ ਵਾਲੇ ਧਾਗਾ ਹੁੰਦਾ ਹੀ ਇਹ, ਹੈ ਨਾ। ਅੱਛਾ। ਪਰ ਇਹਨਾਂ ਦੇ ਰੋਲ ਜ਼ਰੂਰ ਆਉਂਦੇ ਆ, ਕਿਉਂਕਿ ਜਿਹੜਾ 100 ਮੀਟਰ ਦਾ ਰੋਲ, 200 ਮੀਟਰ ਦੇ ਰੋਲ। ਅਤੇ ਪਰ ਜਿਹੜੀ ਇਸ ਸਬਜ਼ੀ ਨੂੰ ਧੁੱਪ ਵਗੈਰਾ ਚਾਹੀਦੀ ਆ ਜਾਂ ਕੋਈ ਚੀਜ਼, ਉਹ ਫਿਰ ਕਿਵੇਂ ਮਿਲਦੀ ਧੁੱਪ ਰੋਸ਼ਨੀ? ਧੁੱਪ ਰੋਸ਼ਨੀ ਐਵੇਂ ਆ ਵੀ ਜਿਵੇਂ ਹੁਣ ਗਰਮੀਆਂ ਆ, ਫਿਰ ਤਾਂ ਤੁਹਾਨੂੰ ਪਤਾ ਧੁੱਪ ਚੜੀ ਆ ਰੋਜ਼, ਹੈ ਨਾ। ਹਾਂਜੀ ਹਾਂ। ਅਤੇ ਇਹਦੇ ਵਿੱਚ ਹੁੰਦੀ ਹੈ ਕ੍ਰੋਸ ਧੁੱਪ? ਇਹਦੇ ਵਿੱਚ ਧੁੱਪ ਪੂਰੀ ਕ੍ਰੋਸ ਹੁੰਦੀ ਹੈ, ਜਿੰਨਾ ਇਹਨਾਂ ਨੂੰ ਟੈਂਪਰੇਚਰ ਚਾਹੀਦਾ ਉਸ ਹਿਸਾਬ ਨਾਲ ਰੱਖਿਆ ਹੋ, ਜਿਵੇਂ ਵਿੰਡੋਆਂ ਆ, ਜਿੰਨਾ ਟੈਂਪਰੇਚਰ, ਜਿੰਨੀ ਹਿਊਮਿਡਿਟੀ ਅਸੀਂ ਸੈੱਟ ਕੀਤੀ ਆ ਉਸ ਹਿਸਾਬ ਨਾਲ ਵਿੰਡੋਆਂ ਆਟੋਮੈਟਿਕ ਅਪ ਐਂਡ ਡਾਊਨ ਹੋਈ ਜਾਣੀਆਂ। ਅੱਛਾ। ਹਾਂ, ਜੇ ਅਸੀਂ ਇਹਦੇ ਵਿੱਚ ਸਾਨੂੰ ਹਿਊਮਿਡਿਟੀ, ਕਿਉਂਕਿ ਅਸੀਂ ਇੰਨੀ ਜ਼ਿਆਦਾ ਹਿਊਮਿਡਿਟੀ ਰੱਖ ਵੀ ਨਹੀਂ ਸਕਦੇ, ਹੈ ਨਾ, ਕਿਉਂਕਿ ਆਹ ਜਿਹੜੀ ਆ ਪਾਊਡਰੀ ਕਹਿੰਦੇ ਇਹਨੂੰ, ਆ ਜਿਹੜੀ ਵਾਈਟ ਕਲਰ ਦੀ ਆ। ਹਾਂਜੀ ਹਾਂਜੀ ਹਾਂ। ਇਹ ਫਿਰ ਹਿਊਮਿਡਿਟੀ ਨਾ ਆਉਣ ਲੱਗ ਪੈਂਦੀ ਇਹਦੇ ਉੱਤੇ। ਅੱਛਾ ਅੱਛਾ। ਔਲੀ ਜੀ ਟਾਈਪ ਦੀ? ਹਾਂਜੀ, ਇਹ ਔਲੀ ਟਾਈਪ, ਬਿਲਕੁਲ। ਸੋ ਇਹ ਇੱਕ ਜਿਹੜਾ ਬਾਈ ਜੀ ਹਾਊਸ ਵੀ ਆ, ਇਹ ਇੱਕ ਆਟੋਮੈਟਿਕ ਵੈਦਰ ਨੂੰ, ਟੈਂਪਰੇਚਰ ਨੂੰ ਮੇਨਟੇਨ ਕਰਦਾ, ਆਪਣੇ ਆਪ ਇਹਨਾਂ ਥੱਲੇ ਹੋ ਜਾਣਾ, ਆਪਣੇ ਆਪ ਉੱਪਰ, ਆਪਣੇ ਆਪ ਉੱਤੇ ਕੁਝ ਖੋਲ ਵੀ ਦੇਣੀ ਵਿੰਡੋ ਜੇ ਮੀਂਹ ਆ ਗਿਆ, ਜਿਵੇਂ ਹੁਣ ਪਹਿਲਾਂ ਮੀਂਹ ਆ ਕੇ ਹਟਿਆ। ਹਾਂਜੀ ਹਾਂ। ਮੀਂਹ ਆ ਗਿਆ, ਇਹਨੇ ਵਿੰਡੋ ਆਪਣੇ ਆਪ ਥੱਲੇ ਕਰ ਲਈਆਂ, ਜਿੰਨਾ ਅਸੀਂ ਟੈਂਪਰੇਚਰ ਦੇ ਅੰਦਰ ਸੈੱਟ ਕੀਤਾ ਆ, ਜੇ ਉਸ ਟੈਂਪਰੇਚਰ ਦੇ ਤੋਂ ਘੱਟ ਹੋ ਗਿਆ ਟੈਂਪਰੇਚਰ ਅੰਦਰ, ਇਹਨੇ ਵਿੰਡੋ ਆਪਣੇ ਆਪ ਡਾਊਨ ਕਰ ਲੈਣੀਆਂ। ਵਾਹ ਜੀ ਵਾਹ। ਤਾਂ ਕਿ ਹੋਰ ਇੱਕ ਬਹੁਤ ਵਧੀਆ, ਦੇਖੋ ਤੁਸੀਂ ਆਪਣੇ ਪੰਜਾਬੀ ਵੀਰ ਮਿਹਨਤ ਕਰਦੇ ਨੇ, ਮਿਹਨਤ ਬਹੁਤ ਆ ਇਸ ਕੰਮ 'ਚ, ਹੈ ਨਾ ਬਾਈ ਜੀ? ਮਿਹਨਤ ਤਾਂ ਬਹੁਤ ਆ। ਤੁਸੀਂ ਕਿੰਨੇ ਵਜੇ ਉੱਠਣਾ ਪੈਂਦਾ ਬਾਈ ਸਵੇਰੇ? ਫਿਰ ਅਸੀਂ ਤਕਰੀਬਨ 7 to 8 ਵਜੇ ਆ ਕੇ ਲੱਗ ਜਾਂਦੇ ਹਾਂ ਇੱਥੇ ਕੰਮ 'ਤੇ। ਅੱਛਾ ਜੀ। ਹਾਂਜੀ। ਅਤੇ ਰਾਤ ਨੂੰ ਉਹੀ 7-8 ਵਜੇ ਜਾਣੇ ਆ। ਅੱਛਾ। ਫਿਰ ਜਿਹੜੀ ਸਵੇਰ ਛੱਡਣ ਜਾਣੀ ਸਬਜ਼ੀ ਤੁਸੀਂ, ਉਹ ਕਿੰਨੇ ਵਜੇ? ਉਹ ਇੱਦਾਂ ਹੁੰਦੀ ਹੈ ਵੀ ਜਿਵੇਂ ਹੁਣ ਆਹ ਜਿੱਦਾਂ ਹੁਣ ਲੋਡ ਰੈਡੀ ਹੋ ਜਾਣਾ ਕੱਲ੍ਹ ਨੂੰ। ਹਾਂਜੀ ਹਾਂ। ਅਤੇ ਇਹ ਫਿਰ ਉਸ ਵੇਲੇ ਟਰੱਕ 'ਚ ਲੋਡ ਕਰਕੇ, ਤਾਂ ਜਾਂ ਤਾਂ ਉਸੇ ਦਿਨ ਜਾਂ ਨੈਕਸਟ ਡੇ। ਜਿਵੇਂ ਆਪਣੇ ਕਿਸਾਨ ਮੰਡੀਆਂ ਲੱਗਦੀਆਂ ਜੀ, ਉਹਦੇ ਵਿੱਚ ਵੇਚਣ ਚਲ ਜਾਂਦੇ ਢੇਰੀ ਲਗਾ ਕੇ, ਉਵੇਂ ਵੇਚਣ ਜਾਂਦੇ? ਉਵੇਂ ਨਹੀਂ ਹੈਗਾ, ਆਪਣੇ ਕੋਲ 2-3 ਕੰਪਨੀਆਂ ਦੇ ਆਰਡਰ ਹੁੰਦੇ ਆ, ਉਹਨਾਂ ਦੇ ਆਰਡਰ ਆ ਜਾਂਦੇ ਆ, ਅਤੇ ਉਹਨਾਂ ਦਾ ਸਮਾਨ ਰੈਡੀ ਹੋਣਾ, ਅਤੇ ਬਾਕੀ ਜਿਹੜਾ ਬਚਦਾ ਆ ਉਹ ਇੱਥੇ ਜਿਹੜੀਆਂ ਮਾਰਕੀਟਾਂ ਆ ਉਹਨਾਂ 'ਚੋਂ, ਜਿੱਦਾਂ ਸ਼ੋਪਕੀਪਰ ਆ ਉਹਨਾਂ 'ਚੋਂ ਬਾਏ ਕਰਕੇ ਉੱਥੇ ਲੈ ਕੇ ਜਾਂਦੇ, ਅਸੀਂ ਸਿਰਫ ਛੱਡਿਆ ਨਾ ਸੇਲਸਮੈਨ ਨੇ ਆਪ ਵੇਚਣਾ। ਮਤਲਬ ਇਹ ਕਹਿ ਦਈਏ ਹੁਣ ਬਈ, ਆਹ ਉਹ ਪੰਜਾਬੀ ਹੈ ਜਿਨ੍ਹਾਂ ਦੇ ਖੀਰੇ ਭਾਈ ਪੂਰਾ ਨਿਊਜ਼ੀਲੈਂਡ ਖਾਂਦਾ, ਜਿਹੜੇ ਵੱਡੇ ਵੱਡੇ ਸਟੋਰ ਹੈ ਉਹਨਾਂ 'ਤੇ ਜਾਂਦਾ ਤੁਹਾਡਾ? ਉਹਨਾਂ 'ਤੇ ਜਾਂਦਾ, ਹਾਂ। ਇੱਥੇ ਦੇ ਫੂਡ ਸਟਾਫ ਜਿਹੜਾ ਪੈਕਿੰਗ ਸੇਵ ਨਿਊ ਬਰਡ, ਹਾਂਜੀ ਹਾਂ, ਉਹਨਾਂ 'ਤੇ ਜਾਂਦਾ ਇਹ। ਅੱਛਾ, ਪੈਕਿੰਗ ਸੇਵ 'ਤੇ ਜਾਂਦਾ ਜੀ? ਜਾਂਦਾ ਇਹ। ਵਾਹ ਜੀ ਵਾਹ। ਸੋ ਇੱਕ ਵੱਡੀ ਫਰਮ ਹੈ ਜੀ ਪੈਕਿੰਗ ਸੇਵ, ਜਿਹੜੇ ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਉਹਨਾਂ ਨੂੰ ਪਤਾ। ਅਤੇ ਆਪਾਂ ਅੰਦਰ ਮਸ਼ੀਨ ਦਿਖਾਉਂਦੇ ਹਾਂ ਤੁਹਾਨੂੰ। ਸਤਿ ਸ਼੍ਰੀ ਅਕਾਲ ਅੰਕਲ ਜੀ, ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਤੁਸੀਂ ਖੀਰਿਆਂ ਦੀ ਖੇਤੀ ਦੇ ਵਿੱਚ ਕੀ ਯੋਗਦਾਨ ਪਾਉਂਦੇ ਹੋ ਜੀ? ਬਸ ਮਾੜਾ ਮੋਟਾ ਇਹਨਾਂ ਨਾਲ ਹੈਲਪ ਕਰਾ ਦੇਈ ਦੀ ਆ। ਅੱਛਾ ਜੀ। ਹਾਂਜੀ। ਤੇ ਸਲਾਦ ਹੀ ਖਾਂਦੇ ਹੋ? ਨਹੀਂ, ਕੰਮ ਦਾ ਕਰਾ ਦੇ ਦੇ ਫੈਮਿਲੀ ਓਨਡ ਬਿਜ਼ਨਸ ਆ, ਸਾਰੇ ਲੱਗੇ ਰਹਿੰਦੇ ਨਾਲ। ਚਲੋ, ਬਹੁਤ ਵਧੀਆ ਪਰਿਵਾਰ ਹੈ। ਦੇਖੋ ਜੀ, ਇਹ ਪਰਿਵਾਰ ਮਿਲ ਜੁਲ ਕੇ ਇੱਥੇ ਮਿਹਨਤ ਕਰਦਾ ਤੇ ਬਹੁਤ ਲੰਮੇ ਸਮੇਂ ਤੋਂ ਕਰ ਰਹੇ ਨੇ, ਤੇ ਉਹਦੇ ਸਦਕਾ ਹੀ ਅੱਜ ਬਹੁਤ ਵਧੀਆ ਲੋਕੇਸ਼ਨ ਦੇ ਉੱਤੇ ਵਧੀਆ ਘਰ ਵੀ ਪਰਮਾਤਮਾ ਨੇ ਬਖਸ਼ਿਆ ਹੋਇਆ ਜੀ। ਹਾਂਜੀ, ਮੇਰਾ ਪਰਮਾਤਮਾ, ਕਦੀ ਸੋਚਿਆ ਹੀ ਨਹੀਂ ਸੀ, ਆਪੇ ਦਿਖ ਜਾਂਦਾ। ਤੁਸੀਂ ਕੀ ਕੰਮ ਕੀਤਾ ਅੰਕਲ ਜਦੋਂ ਤੁਸੀਂ ਇੱਥੇ ਆਉਂਦੇ ਹੋ? ਤਾਂ ਤੁਸੀਂ ਪਹਿਲਾਂ ਜਾਂ ਹੁਣ ਤੱਕ ਕੀ ਕੰਮ ਕਰਦੇ ਰਹੇ ਜੀ? ਮੈਂ ਕੀਵੀ ਦਾ ਸਟਾਰਟਿੰਗ ਤੋਂ ਹੀ ਕੀਤਾ। ਸਟਾਰਟਿੰਗ ਤੋਂ ਹੀ ਕੀਵੀ ਦਾ? ਕੀਵੀ ਦਾ ਤਾਂ ਤੁਹਾਨੂੰ ਬਹੁਤ ਫਿਰ ਉਹ ਹੋ ਗਿਆ ਜੀ, ਉਹ ਤਾਂ ਐਕਸਪੀਰੀਅੰਸ। ਉਹ ਤਾਂ ਹੁਣ 12-13 ਸਾਲ ਹੋ ਗਿਆ ਕੀਵੀ ਦਾ। ਫਿਰ ਤੁਸੀਂ ਕੀਵੀ ਦਾ ਕਿਉਂ ਨਹੀਂ ਕੀਤਾ ਜੀ ਨਾਲ? ਕੀਵੀ ਦਾ ਫਿਰ ਇਹ ਉਹ ਵੱਡੇ, ਜਦੋਂ ਅਸੀਂ ਇਹ ਪ੍ਰੋਪਰਟੀ ਵਿਕਣੀ ਲੱਗੀ ਸੀ, ਅਸੀਂ ਦੇਖਣਾ, ਸਾਨੂੰ ਪ੍ਰੋਪਰਟੀ ਬਹੁਤ ਪਸੰਦ ਆਈ। ਅੱਛਾ। ਐਕਚੁਅਲ ਦੇ ਵਿੱਚ ਅਸੀਂ ਫਾਰਮਿੰਗ ਦਾ ਤਾਂ ਸਾਨੂੰ ਇਹਦਾ ਇਨਡੋਰ ਦਾ ਤਾਂ ਪਤਾ ਨਹੀਂ, ਕਿਉਂਕਿ ਇੰਡੀਆ ਤਾਂ ਆਪਣੀ ਆਊਟਡੋਰ ਖੇਤੀਬਾੜੀ ਹੈ ਨਾ। ਹਾਂਜੀ ਹਾਂ ਹਾਂ। ਤੇ ਇਹ ਬਸ ਸਾਨੂੰ ਸੀ ਵੀ ਇੱਥੇ ਅਸੀਂ ਘਰ 'ਚ ਰਵਾਂਗੇ, ਤੇ ਰਹਿ ਕੇ ਤਾਂ ਬਸ ਉਦੋਂ ਬਾਅਦ ਮੈਂ ਟਰੱਕ ਡਰਾਈਵਿੰਗ ਕਰਦਾ ਸੀ, ਮੈਨੂੰ ਸੀ ਮੰਡੇ ਟੂ ਫਰਾਈਡੇ ਮੇਰੀ ਜੋਬ ਆ, ਵੀਕਐਂਡ ਤੇ ਚਲੋ ਗਾਰਡਨਿੰਗ ਕਰ ਲਿਆ ਕਰਾਂਗੇ। ਹਾਂਜੀ ਹਾਂ। ਤੇ ਬਸ ਆਪਣਾ ਟਾਈਮ ਸਪੈਂਡ ਕਰ ਰਹੇ ਹਾਂ। ਉਹਨਾਂ ਟਾਈਮਾਂ 'ਚ ਲੋਕਡਾਊਨ ਲੱਗ ਗਿਆ, ਤਾਂ ਪਲੈਨ ਮੇਰਾ ਇਹ ਬਣ ਗਿਆ ਵੀ ਇੱਕ ਮੇਰਾ ਫਰੈਂਡ ਸੀ, ਉਹਨੇ ਮੈਨੂੰ ਕਹਿੰਦਾ ਵੀ ਤੂੰ ਆਪ ਹੀ ਕਰਕੇ ਦੇਖ ਲਾ, ਵੇ ਤੂੰ ਲੀਜ਼ 'ਤੇ ਆਪਾਂ ਕਾਹਨੂੰ ਦੇਣਾ ਇਹ। ਅਤੇ ਮੈਂ ਜਿਹੜੇ ਇੱਥੇ ਦੇ ਪਹਿਲੇ ਓਨਰ ਸੀਗੇ, ਹਾਂਜੀ ਹਾਂ, ਉਹ ਰਿਟਾਇਰ ਹੋ ਰਹੇ ਸੀ, ਤੇ ਉਹਦੇ ਨਾਲ ਫਿਰ ਮੈਂ ਗੱਲ ਕੀਤੀ ਵੀ ਨਿੱਕ ਜੇ ਤੂੰ ਮੈਨੂੰ, ਉਹਦਾ ਨਾਂ ਨਿੱਕ ਸੀ, ਅੱਛਾ ਜੀ, ਵੀ ਜੇ ਤੂੰ ਮੈਨੂੰ ਟ੍ਰੇਨਿੰਗ ਦੇ ਦੇਵੇਂ ਤਾਂ ਮੈਂ ਇਹ ਕਰ ਸਕਦਾ। ਤਾਂ ਉਹ ਮੈਨੂੰ ਕਹਿੰਦਾ ਸੀ ਵੀ ਹਾਂ ਠੀਕ ਹੈ, ਤੈਨੂੰ ਮੈਂ 1 ਸਾਲ ਦਊਂਗਾ। ਅੱਛਾ ਜੀ। ਹਾਂ, ਉਸ ਬੰਦੇ ਦੀ ਪਿੱਠ ਸੁਣਦੀ ਆ, ਫਲੈਟ ਬੁਸ਼ ਇੱਥੋਂ ਕਾਫੀ ਦੂਰ ਆ, ਘੱਟੋ ਘੱਟ 1.5 ਘੰਟਾ ਲੱਗੂਗਾ ਜੇ ਫਲੈਟ ਬੁਸ਼ ਜਾਣਾ। ਉਸ ਬੰਦੇ ਦੇ 50 to 60 ਟ੍ਰਿਪ ਹੋਣਗੇ 1 ਸਾਲ ਦੇ ਵਿੱਚ। ਅੱਛਾ ਜੀ। 3 ਲੀਟਰ ਉਹਦੇ ਕੋਲ ਹਾਈਲੈਂਡਰ ਗੱਡੀ ਹੈ ਪੈਟਰੋਲ ਦੇ ਉੱਤੇ। ਉਸ
अच्छा वो बंदे दी जे सेफता जी ईवन जे मेनू रात नू आ हीटिंग सिस्टम चलदे जेड़े इना च पानी गर्म घुमदा हन हां जी हां हां रात नू कई वारी मेनू रात नू बॉयलर ने दिक्कत करनी क्योंकि वेस्ट ऑयल ते चलदे आ जी 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 ते जदों किते उहने दिक्कत करनी जे मैं उहनू रात नू अद्धी रात नू फोन भी लाया तो उहने मेनू अद्धी रात नू पूरी हेल्प दित्ती रात दे 12 12 1 1 बजे तक भी ए करते हो कर ਚਾਲੀਵੇਂ ਦਿਨ ਆਪਣੀ ਇਹ ਹਾਰਵੈਸਟਿੰਗ ਸ਼ੁਰੂ ਹੋ ਗਈ ਸੀਗੀ ਜੇ ਗਰਮੀ ਆ ਤਾਂ ਫੇਰ ਆਪਣੀ 20 ਤੋਂ 25 ਦਿਨ ਅੱਛਾ 20 ਤੋਂ 25 ਦਿਨਾਂ ਦੇ ਵਿੱਚ ਹਾਰਵੈਸਟਿੰਗ ਮੁਨਾਫੇ ਵਾਲਾ ਹੈਗਾ ਧੰਦਾ ਹਾਂਜੀ ਠੀਕ ਹੈ ਜੀ ਅਤੇ ਪੈਕ ਕਿਵੇਂ ਕਰਦੇ ਬਾਈ ਉਹ ਵੀ ਦਿਖਾ ਦਈਏ ਤਾਂ ਬਿਲਕੁਲ ਜੀ ਇਹ ਇੱਥੇ ਜਿਹੜੀ ਹੈਗੀ ਹੈ ਤੋੜਨ ਦੀ ਪ੍ਰਕਿਰਿਆ ਹੁੰਦੀ ਹੈ ਅਸੀਂ ਥੋੜ੍ਹਾ ਲੇਟ ਹੋ ਗਏ ਨਹੀਂ ਤਾਂ ਤੋੜਦੇ ਵੀਰ ਤੁਹਾਨੂੰ ਦਿਖਾਉਣੇ ਸੀਗੇ ਪਰ ਚਲੋ ਇਹ ਫਿਰ ਤੋੜ ਕੇ ਖੀਰੇ ਆਹ ਦੇਖੋ ਜੀ ਇੱਥੇ ਆ ਜਾਂਦੇ ਆ ਇਸ ਤਰ੍ਹਾਂ ਵੱਡੇ ਖੀਰੇ ਅਤੇ ਸਾਰੇ ਅਕੋਰਡਿੰਗ ਟੂ ਸੈ ਜੀ ਸਾਰੇ ਟੁੱਟੇ ਹੋਏ ਆ ਇਹ ਆਹ ਸਾਰਾ 14 ਇੰਚ ਦਾ ਖੀਰਾ ਇਹ ਅੱਛਾ ਜੀ 14 ਇੰਚ ਦਾ ਖੀਰਾ ਇਹ ਸਾਰਾ ਜੀ 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 ਜਿਹੜਾ ਤਾਂ ਟੈਗ ਜਿਹੜਾ ਤਾਂ ਆਹ ਸਹੀ ਆ ਵਧੀਆ ਕੁਆਲਿਟੀ ਹੈ ਟੈਗ 1 'ਚ ਜਾਊਗਾ ਠੀਕ ਜਿਵੇਂ ਕੋਈ ਮਾੜੀ ਮੋਟੀ ਬੈਡ ਕੁਆਲਿਟੀ ਨਿਕਲਦੀ ਆ ਉਹ ਆਪਾਂ ਟੈਗ 2 ਦੇ ਵਿੱਚ ਸੁੱਟਾਂਗੇ ਠੀਕ ਹੈ ਜੀ ਤਾਂ ਬਿਲਕੁਲ ਹਾਂਜੀ ਬਾਈ ਮਸ਼ੀਨ ਆ ਜੀ ਇਹਦੇ ਉੱਤੇ ਰੈਪ ਕਰਨੇ ਆ ਠੀਕ ਹੈ ਜਿੰਨਾ ਖੀਰਾ ਆ ਆ ਦੇਖੋ ਜੀ ਇਹ ਸਾਰਾ ਇੱਥੇ ਸਾਰਾ ਕਾਊਂਟ ਹੁੰਦਾ ਹੈ ਜਿੰਨਾ ਖੀਰਾ ਅੱਛਾ ਜਿੰਨੇ ਖੀਰੇ ਉਹਨੇ ਹਾਂ ਜਿੰਨੀ ਵਾਰੀ ਇਹ ਠੱਕ ਠੱਕ ਕਰੂਗਾ ਉਹਨੇ ਖੀਰੇ ਇਹ ਸਪੈਸ਼ਲ ਖੀਰੇ ਲਈ ਹੋਊਗਾ ਕਿ ਹੋਰ ਵੀ ਇਹਦੇ 'ਚ ਨਹੀਂ ਇਹਦੇ ਵਿੱਚ ਆਪਾਂ ਹੋਰ ਵੀ ਕਰ ਸਕਦੇ ਹਾਂ ਇੱਥੋਂ ਆਪਾਂ ਨੂੰ ਸਿਸਟਮ ਥੋੜ੍ਹਾ ਚੇਂਜ ਕਰਨਾ ਪਊਗਾ ਆਪਾਂ ਜੇ ਬਾਕਸ ਵਗੈਰਾ ਵੀ ਇਹ ਕੋਈ ਰੈਪ ਕਰਨਾ ਆ ਅੱਛਾ ਇਹਦੇ ਰਾਹੀਂ ਕੱਢ ਕੇ ਆਪਾਂ ਬਾਕਸ ਵਗੈਰਾ ਰੈਪ ਕਰ ਸਕਦੇ ਹਾਂ ਠੀਕ ਹੈ ਮਤਲਬ ਕਿ ਜਿਵੇਂ ਦਾ ਸਾਈਜ਼ ਤੁਸੀਂ ਸਾਈਜ਼ ਬਣਾ ਸਕਦੇ ਹੋ ਸਾਈਜ਼ ਬਣਾ ਉਹਨੇ ਰੈਪ ਕਰੀ ਜਾਣਾ ਉਹਨੇ ਰੈਪ ਠੀਕ ਹੈ ਤਾਂ ਬਿਲਕੁਲ ਜੀ ਆ ਦੇਖੋ ਜੀ ਹਾਂਜੀ ਆਂਟੀ ਜੀ ਲਗਾਓ ਜੀ ਖੀਰੇ ਨੂੰ ਇਹ ਮੇਰੀ ਜੋ ਹੁੰਦੀ ਹੈ ਅੱਛਾ ਇਹ ਤੁਹਾਡੀ ਹੁੰਦੀ ਹੈ ਜੀ ਜੋ ਠੀਕ ਹੈ ਹਾਂ ਦੇਖੋ ਜੀ ਰੱਖੀ ਜਾਂਦੇ ਆ ਜੀ ਵਧੀਆ ਵੀ ਲੱਗਦੇ ਆ ਵੈਸੇ ਮੇਰਾ ਟਾਈਮ ਵੀ ਪਾਸ ਹੋ ਜਾਂਦਾ ਹੈ ਕਿੰਨੀ ਕੁ ਦੇਰ ਕਰਦੇ ਹੋ ਫਿਰ ਤੁਸੀਂ ਇਹ ਕਈ ਵਾਰੀ 2 ਘੰਟੇ ਕਈ ਵਾਰ ਜ਼ਿਆਦਾ ਹੋਣ ਤਾਂ 3 ਵੀ ਲੱਗ ਜਾਂਦੇ ਆ ਅੱਛਾ ਜੀ ਹਾਂ ਜਿੰਨੀਆਂ ਇਹ ਟਿੰਕੇ ਪਈ ਜਾਂ ਟਰੇਆਂ ਇਹਨਾਂ ਨੂੰ ਕਿੰਨੇ ਟਾਈਮ ਲੱਗੂਗਾ ਜੀ ਇਹ 1.5 ਘੰਟਾ ਲੱਗ ਜਾਂਦਾ ਇੱਕ ਨੂੰ ਅੱਛਾ ਜੀ ਇੱਕ ਪਾਇਲਟ ਨੂੰ 1.5 ਘੰਟਾ ਲੱਗਦਾ ਬਿਲਕੁਲ ਸੋ ਬਾਈ ਜੀ ਆ ਦੇਖੋ ਇੱਥੋਂ ਖੀਰੇ ਪਾਏ ਜਾਂਦੇ ਆ ਅਤੇ ਆਹ ਰੈਪ ਹੋ ਕੇ ਇੱਧਰ ਸੀਲ ਹੋ ਜਾਣੀ ਸੋ ਅੱਗੇ ਦੇਖੋ ਆ ਨਿਕਲ ਰਿਹਾ ਜੀ ਇੱਥੋਂ ਆ ਕੇ ਫਿਰ ਕਿਉਂਕਿ ਹੀਟ ਆ ਥੋੜ੍ਹੀ ਹੀਟ ਨੇ ਫਿਰ ਉਹਨੂੰ ਖੀਰੇ ਨੂੰ ਪ੍ਰੋਪਰ ਰੈਪ ਕਰ ਦੇਣਾ ਹਾਲਾਂਕਿ ਬਹੁਤ ਗਰਮ ਹੈ ਪਰ ਖੀਰੇ ਇਹ ਬਿਲਕੁਲ ਵੀ ਗਰਮ ਨਹੀਂ ਹੈਗਾ ਬਾਈ ਰੈਪ ਨਹੀਂ ਇਹ ਗਰਮ ਨਹੀਂ ਹੋਣਾ ਇਹ ਉਨਾ ਹੀ 19 ਇਹਦੇ ਵਿੱਚ ਹੀਟ ਆਉਂਦੀ ਹੈ ਜਿੰਨੇ ਨਾਲ ਇਹ ਸ਼੍ਰਿੰਕ ਕਰ ਦੇਵੇ ਇਹ ਉੱਥੇ ਇੱਥੇ ਉਹ ਬੰਦਾ ਖੜ ਸਕਦਾ ਆ ਜਿਹਨੂੰ ਖੀਰੇ ਦੀ ਸਾਈਜ਼ ਦੀ ਨੌਲੇਜ ਹੋ ਰਹੀ ਆ ਵੀ ਹਾਂ ਇਹ 14 ਇੰਚ ਦਾ ਖੀਰਾ ਤਾਂ 14 ਵਾਲੇ ਕ੍ਰੇਟ 'ਚ ਪੈਣਾ ਜੇ 12 ਇੰਚ ਦਾ 12 ਵਾਲੇ 'ਚ ਪੈਣਾ ਜੇ 16 ਵਾਲਾ ਤਾਂ ਉਹ 16 'ਚ ਜਾਊਗਾ ਅੱਛਾ ਇਹ ਵੀ ਸਾਈਜ਼ ਵੀ ਅਲੱਗ ਅਲੱਗ ਕ੍ਰੇਟ ਬਾਏ ਸਾਈਜ਼ ਹੀ ਜਾਣੇ ਆ ਅੱਛਾ ਅੱਛਾ ਦੇਖਦੀ ਸਾਰ ਨਾਲ ਦੀ ਨਾਲ ਕਰਨਾ ਫਿਰ ਬਾਏ ਕਾਊਂਟ ਜਾਣਾ ਆ ਫਿਰ ਐਂ ਕਰਕੇ ਕਹਿਣ ਲਈ ਤੇ 2 ਚਾਰ ਤੁਹਾਡੀ ਤਾਂ ਹੁਣ ਬਹੁਤ ਸਪੀਡ ਹੋਈ ਵੀ ਬਾਈ ਹਾਂਜੀ ਕਿਉਂਕਿ ਡੇਲੀ ਕਰਦੇ ਆ ਹਾਂਜੀ ਹਾਂ ਇਹ ਫਿਰ ਤੁਸੀਂ ਹੁਣ ਰਾਤ ਤੱਕ ਇਸ ਤਰ੍ਹਾਂ ਹੀ ਕੰਮ ਕਰੀ ਜਾਣਾ ਹੈ ਜੀ ਹਾਂਜੀ ਵੈਸੇ ਉਹਦਾ ਹੁਣ ਵੈਸੇ ਤਾਂ ਕੱਟ ਆਫ ਹੀ ਕੀਤਾ ਹੈ 8 ਵਜੇ ਤੋਂ ਬਾਅਦ ਕਰਦੇ ਨਹੀਂ ਅੱਛਾ ਜੀ ਹਾਂ 8 ਵਜੇ ਤੋਂ ਬਾਅਦ ਆਪਦੀ ਵੀ ਛੁੱਟੀ ਕਰ ਲਈ ਹੈ ਠੀਕ ਹੈ ਨਹੀਂ ਤਾਂ ਬਿਲਕੁਲ ਬਾਈ ਜੀ ਇਸ ਤਰ੍ਹਾਂ ਰੈਪ ਹੁੰਦੇ ਆ ਖੀਰੇ ਇਸ ਤਰ੍ਹਾਂ ਬਾਈ ਹੋਰ ਟਰੇਆਂ ਦੀਆਂ ਟਰੇਆਂ ਇੱਥੇ ਭਰ ਕੇ ਇੱਥੇ ਵੇਟ ਹੋ ਜਾਣਾ ਨਾਲ ਦੀ ਨਾਲ ਵੇਟ ਕਰਨਾ ਵੇਟ ਕਰ ਲਓ ਕੁਆਂਟਿਟੀ ਦੇ ਵਿੱਚ ਜਾਣੇ ਕੁਆਂਟਿਟੀ ਅਤੇ ਇਸ ਤਰ੍ਹਾਂ ਜਿਹੜਾ ਹੈਗਾ ਖੀਰਿਆਂ ਦਾ ਕੰਮ ਹੁੰਦਾ ਹੈ ਸੋ ਖੀਰਿਆਂ ਦੀ ਖੇਤੀ ਬਾਈ ਜੋਰੀ ਕਰਦੇ ਆ ਧੰਦਾ ਲਾਹੇਵੰਦ ਆ ਇੱਥੇ ਤਾਂ ਹੋ ਸਕਦਾ ਵੀ ਪੰਜਾਬ ਦੇ ਵਿੱਚ ਵੀ ਜਿਹੜੇ ਵੀਰ ਕਰਨਾ ਚਾਹੁੰਦੇ ਆ ਤਾਂ ਉਹ ਜ਼ਰੂਰ ਇਸ ਤਰ੍ਹਾਂ ਦਾ ਜੇ ਗਲਾਸ ਹਾਊਸ ਤੋਂ ਜਾਂ ਹੋਰ ਤਰੀਕੇ ਦੇ ਨਾਲ ਜਾਂ ਹੋਰ ਨਸਲ ਦੇ ਖੀਰੇ ਹੈ ਨਾ ਉਹ ਬਾਈ ਜੀ ਦਾ ਕਹਿਣਾ ਹੈ ਵੀ ਪੰਜਾਬ ਦੇ ਵਿੱਚ ਵੀ ਜਿਹੜਾ ਹੈਗਾ ਇਹ ਧੰਦਾ ਲਾਹੇਵੰਦ ਹੋ ਸਕਦਾ ਇਹ ਖੇਤੀ ਲਾਹੇ ਦੀ ਖੇਤੀ ਹੈ ਸੋ ਜੇ ਕੋਈ ਕਰਨਾ ਚਾਹੁੰਦਾ ਤਾਂ ਪੰਜਾਬ ਦੇ ਵਿੱਚ ਵੀ ਕਰ ਸਕਦਾ ਪਰ ਨਿਊਜ਼ੀਲੈਂਡ ਦੇ ਵਿੱਚ ਬਾਈ ਜੀ ਹੋਰੀ ਖੀਰਿਆਂ ਦੀ ਖੇਤੀ ਕਰਦੇ ਆ ਕਿੰਨੇ ਕਿੰਨੇ ਵੱਡੇ ਖੀਰੇ ਤੋਰੀਆਂ ਵਰਗੇ ਤੁਹਾਨੂੰ ਦਿਖਾਏ ਸੋ
ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੁਸੀਂ ਵੀ ਆਪਣਾ ਕਮੈਂਟ ਦੇ ਵਿੱਚ ਆਨਸਰ ਦੇ ਸਕਦੇ ਹੋ। ਅਵਤਾਰ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੁੱਕ ਚੈਨਲ।